सात संगत जी, वाहिगुरु जी का खालसा, वाहिगुरु जी की फतेह। केंद्रीय गुरु सिंह सभा गुरुद्वारा आलमबाग लखनऊ दे कीर्तन समागम, आप सारी संगत यूट्यूब चैनल पोपली लाइव तेरा तेरा ते कीर्तन श्रवण कर सकते हो। आप सारे इस कीर्तन चैनल नू सबसक्राइब भी करो और शेयर भी करो। आओ ले चलते हैं कीर्तन समागम केंद्रीय गुरु सिंह सभा गुरुद्वारा आलमबाग लखनऊ दी कुछ रिकॉर्डिंग जो साढ़े रागी सिंगा ने बहुत ही मधुर कीर्तन गाया है। आप सारी संगत जरूर सुनन की कृपालता करो जी। वाहेगुरु जी का खालसा, वाहेगुरु जी की फतेह। Oh.
नाद
ਨਾਗ ਦੀ ਆਵਾਜ਼ ਪਿੱਛੇ ਹਿਰਨ ਪਾਗਲ ਹੋਇਆ ਹੋਇਆ ਭੱਜਾ ਜਾਂਦਾ, ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ ਮੇਰੀ ਅੱਗੇ ਮੌਤ ਵੀ ਹੋ ਸਕਦੀ ਹੈ। ਨਾਗ ਕਿਹੜਾ ਨਾਗ ਹੈ, ਕਿਹੜਾ ਸਾਜ਼ ਹੈ, ਕਿਹੜਾ ਸ਼ਬਦ ਹੈ? ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਕੋਈ ਵਚਨ ਲਿਖਦੇ ਨੇ, ਇਹ ਕਿਹੜਾ ਸਾਜ਼ ਹੈ, ਉਹ ਕਿਹੜੀ ਆਵਾਜ਼ ਹੈ? ਭਾਈ ਕਾਨ ਸਿੰਘ ਜੀ ਨਾਭਾ, ਮਹਾਨ ਕੋਸ਼, ਉਹ ਕਹਿੰਦੇ ਨੇ ਸ਼ਿਕਾਰੀ ਨੇ ਇੱਕ ਸਾਜ਼ ਬਣਾਇਆ, ਉਹਦਾ ਨਾਂ ਰੱਖਿਆ ਗਿਆ ਧੱਗਾ ਘੇਰਾ। ਭਾਈ ਕਾਨ ਸਿੰਘ ਦੇ ਅੱਖਰ ਨੇ ਉਹਨਾਂ ਦੀ ਖੋਜ ਹੈ। ਧੱਗਾ ਘੇਰਾ ਉਸ ਸਾਜ਼ ਦਾ ਨਾਮ ਹੈ, ਸ਼ਿਕਾਰੀ ਬਣਾਉਂਦਾ ਫਿਰ ਉਸ ਸਾਜ਼ ਨੂੰ ਦਰਖਤ ਦੇ ਕੋਲੇ ਜੇ ਹੋ ਕੇ ਉਹ ਸਾਜ਼ ਵਜ਼ਾਰਿਆ, ਇੱਕ ਪਾਸੇ ਟੋਇਆ ਪੱਟਿਆ, ਉੱਤੇ ਜਾਲ ਪਾਇਆ। ਉਸ ਸਾਜ਼ ਦੀ ਆਵਾਜ਼ ਕਿਤਨੀ ਮਿੱਠੀ ਹੈ, ਕਿਤਨੀ ਸਵੀਟ ਹੈ, ਜਿੱਧਰ ਹਵਾ ਜਾ ਰਹੀ ਹੈ ਫਿਰ ਉਹ ਆਵਾਜ਼ ਉਸਦੀ ਆਵਾਜ਼ ਉੱਧਰ ਨੂੰ ਜਾ ਰਹੀ ਹੈ, ਉਹ ਆਵਾਜ਼ ਹਿਰਨ ਦੇ ਕੰਨਾਂ ਵਿੱਚ ਪੈ ਗਈ। ਇੱਧਰ ਉੱਧਰ ਸਿਰ ਮਾਰਦਾ ਹੈ, ਇਹ ਇਤਨੀ ਸਵੀਟ ਮਿੱਠੀ ਆਵਾਜ਼ ਕਿੱਧਰੋਂ ਆ ਰਹੀ ਹੈ? ਸਤਸੰਗ ਵੱਲੋਂ ਸ੍ਰੀ ਦੁਆਰ ਕਿੱਧਰੋਂ ਆ ਰਹੀ ਹੈ? ਫਿਰ ਉਸ ਤਰਫ ਉਹ ਦੌੜਦਾ, ਉਸ ਤਰਫ ਜਾਂਦਾ ਹੈ, ਝੱਲਾ ਹੋ ਗਿਆ, ਪਾਗਲ ਹੋ ਗਿਆ, ਉਸ ਆਵਾਜ਼ ਨੇ ਉਸਨੂੰ ਸੁਖਬੁਦ ਦੀ ਖੋ ਗਈ ਹੈ। ਉਹ ਤੁਰਿਆ ਜਾ ਰਿਹਾ, ਭੱਜਾ ਜਾ ਰਿਹਾ, ਇੱਧਰ ਉੱਧਰ ਸਿਰ ਮਾਰਦਾ ਜਾ ਰਿਹਾ, ਉਸਨੂੰ ਇਹ ਨਹੀਂ ਪਤਾ ਜਿੱਥੇ ਮੈਂ ਜਾ ਰਿਹਾ ਮੇਰੀ ਮੌਤ ਵੀ ਹੋ ਸਕਦੀ ਹੈ। ਸ਼ਿਕਾਰੀ ਸਾਜ਼ ਵਜਾਈ ਜਾਂਦਾ ਹੈ, ਜਦੋਂ ਹਿਰਨ ਉਸ ਆਵਾਜ਼ ਦੇ ਨੇੜੇ ਪਹੁੰਚਦਾ ਹੈ, ਟੋਏ 'ਚ ਡਿੱਗ ਪੈਂਦਾ ਹੈ ਅਤੇ ਸ਼ਿਕਾਰੀ ਦੇ ਕਾਬੂ ਆ ਜਾਂਦਾ ਹੈ। ਬੋਲੋ ਸ੍ਰੀ ਨਾਗ ਕੁਰੰਕ ਹੈ ਬੇਦਿਆ ਸਨਮੁਖ ਉੱਠਦਾ ਹੋਇਆ ਹੈ, ਤਿੰਨ ਉਦਾਹਰਣ ਹੋ ਗਏ, ਚੌਥਾ ਪ੍ਰਮਾਣ ਲੋਭੀ ਮਨੇ ਲਾਲਚੀ, ਭਵਰਾ ਲੋਭੀ ਭਵਰ ਲੋਭੀ, ਕੁਸਮ ਕੁਸਮ ਮਨੇ ਫੁੱਲ ਤੇ ਬਾਸ ਮਨੇ ਖੁਸ਼ਬੂ ਸੁਗੰਧੀ। ਭਵਰਾ ਕੀ ਹੈ ਜੀ? ਲਾਲਚੀ ਹੈ, ਇਸ ਗੱਲ ਦਾ ਫੁੱਲ ਦੀ ਸੁਗੰਧੀ। ਭਵਰ ਲੋਭੀ ਕੁਸਮ ਵਾਸਤਾ ਮਿਲ ਆਪ ਬੰਦਾ, ਖੁਸ਼ਬੂ ਵਾਲੇ ਫੁੱਲ ਜਾ ਕੇ ਬਹਿ ਜਾਂਦਾ ਹੈ, ਪਹਿਲੇ ਇੱਧਰ ਉੱਧਰ ਫਿਰਦਾ ਹੈ, ਫਿਰ ਉਹਦੇ ਵਿੱਚ ਜਾ ਕੇ ਬਹਿ ਜਾਂਦਾ ਹੈ। ਖੁਸ਼ਬੂ ਲੈਣ ਵਿੱਚ ਉਹ ਏਡਾ ਮਸਤ ਹੈ, ਏਡਾ ਮਸਤ ਹੈ, ਉਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਫੁੱਲ ਨੇ ਸੰਧਿਆ ਨੂੰ ਬੰਦ ਵੀ ਹੋ ਜਾਣਾ ਹੈ। ਜਦੋਂ ਫੁੱਲ ਬੰਦ ਹੁੰਦਾ ਹੈ ਸਵੇਰੇ ਫਿਰ ਫੁੱਲ ਖਿੜਦਾ, ਉਹ ਭੌਰਾ ਆਪਣੀ ਜਾਨ ਦੇ ਚੁੱਕਾ ਹੁੰਦਾ ਹੈ। ਬੋਲੋ ਸ੍ਰੀ ਤੇ ਅਖੀਰ ਵਿੱਚ ਨਿਸਤਾਰਾ ਕਰਦੇ ਹੋਏ ਸਤਿਗੁਰੂ ਕਹਿੰਦੇ ਨੇ ਪਾਣੀ ਤੋਂ ਬਿਨਾਂ ਜ਼ਿੰਦਾ ਰਹਿਣਾ ਔਖਾ ਹੈ। ਸਤਿਗੁਰੂ ਕਹਿੰਦੇ ਨੇ ਤੂੰ ਕਿਵੇਂ ਰਹਿ ਰਿਹਾ ਗੁਰੂ ਦੀ ਪ੍ਰੀਤ ਤੋਂ ਬਿਨਾਂ, ਤੂੰ ਕਿਵੇਂ ਤੁਰਿਆ ਫਿਰਦਾ ਹੈ? ਕਦੀ ਤੂੰ ਅਰਦਾਸ ਕੀਤੀ ਹੈ ਦਾਤਾ ਮੇਰੇ ਮੁੱਖ ਵਿੱਚ ਅਮਰਤਮਈ ਬੂੰਦ ਪੈ ਜਾਵੇ, ਮੇਰੀ ਵੀ ਭੁੱਖ ਮਿਟ ਜਾਏ, ਮੇਰੀ ਵੀ ਪਿਆਸ ਮਿਟ ਜਾਏ? ਕਦੀ ਕੀਤੀ ਅਰਦਾਸ ਤੂੰ ਮੇਰੋ ਪਿਆਰੋ,
सारे आखो तू मेरो प्यारो ता कैसी भूखा तू मन वसिया तर लगे न तू शब्द तेरे कोल है नाद तेरे कोल है तू कभी शब्द की आवाज सुनी सब कुछ घर में सारे आखो सब कुछ घर में बाहर बाहर टोल सो पर गुरु पर साथी जिनी अंतर बाहर जिन बख्शिश हो जाए जिनी कृपा हो जाए सो अंतर बाहर सो हिलाए खुशबू साडे कोल है सतगुरु कहने ने प्रीत एहो जी धन है गुरु नाल इश्क एदा दा धन है ऐसी प्रीत करो मन मेरे ऐ मन एहो जी प्रीत कर ले ए गुरु नु हर पल हर घड़ी अपने कोल वेखे सत संग बोलो श्री आओ करिए अरदास